ਮਾਸ਼ਾਅੱਲਾ ਫਾਈਨਲ ਤਿਆਰੀ ਹੋ ਚੁੱਕੀ ਹੈ ਅਲਹਮਦੁਲਿਲਾ ਸਾਰੇ ਟੇਬਲ ਘਟਿਆ ਕਿਸੇ ਗੱਲ ਚ ਸਾਡੇ ਵਿਆਹ ਦਾ ਭਾਜੀ ਇਹ ਸਾਡੇ ਵਿਆਹ ਦਾ ਮਾਸ਼ਾਅੱਲਾ ਉਹ ਸਿਆਣਾ ਜੀ ਕਿ ਜਿਹਨੂੰ ਸੱਦ ਕੇ ਅਤੇ ਬਾਅਦ 'ਚ ਪੁੱਛਦੇ ਨੇ ਓਏ ਇੱਥੇ ਕਿਵੇਂ ਆਇਆ ਤੂੰ ਅਤੇ ਭਾਜੀ ਮੈਨੂੰ ਸੱਦਿਆ ਤੁਸੀਂ ਮਾਸ਼ਾਅੱਲਾ ਸਾਡੇ ਹਜੇ ਰਾਤ ਸਾਰਾ ਟੈਂਟ ਖੜ੍ਹਾ ਕੀਤਾ ਅਤੇ ਹੁਣ ਉਹਦੀ ਮੇਨ ਫਾਈਨਲ ਤਿਆਰੀ ਦੇਣ ਡੈਨ ਕਨਾਤ ਵਗੈਰਾ ਪੋਰਸ਼ਨ ਅਲੈਦਾ ਲੈਦਾ ਹੁਣ ਇਹਨੇ ਦੋਵੇਂ ਦੇ ਬੀਬੀਆਂ ਦਾ ਲੈਦਾ ਅਤੇ ਬੰਦਿਆਂ ਦਾ ਲੈਦਾ ਬੜਾ ਅੱਛਾ ਇੰਤਜ਼ਾਮ ਅਤੇ ਬਸ ਪੋਰਸ਼ਨ ਕਰਕੇ ਇਹਦੀ ਸਫਾਈ ਵਗੈਰਾ ਹੋਏਗੀ ਅਤੇ ਫਿਰ ਉਸ ਤੋਂ ਬਾਅਦ ਇਨਸ਼ਾਅੱਲਾ ਫਾਈਨਲ ਟੱਚ ਹੈ ਅਤੇ ਫਾਈਨਲ ਇਨਸ਼ਾਅੱਲਾ ਤੁਹਾਨੂੰ ਰਿਵਿਊ ਦੇਣਾ ਸਟੇਜ ਬਣਨੇ ਨੇ ਬੜਾ ਆਲਾ ਔਰ ਬਿਹਤਰੀਨ ਨਿਜ਼ਾਮ ਹੋ ਗਿਆ ਸਟੇਜ ਲੱਗਣੇ ਇਨਸ਼ਾਅੱਲਾ ਸਟੇਜ ਬੜੇ ਮਜ਼ੇਦਾਰ ਅਤੇ ਤੁਹਾਨੂੰ ਐਂਡ 'ਤੇ ਬਿਲਕੁਲ ਫਾਈਨਲ ਟੱਚ ਸਟੇਜ ਬਣਦੇ ਵਿਖਾਉਣੇ ਨੇ ਫਾਈਨਲ ਇਨਸ਼ਾਅੱਲਾ ਤੁਹਾਨੂੰ ਵਿਖਾਉਣਾ ਅਤੇ ਨਾਲ ਰਹਿਣਾ ਵੀਡੀਓ ਖਾਨ ਸਾਹਮਣੇ ਨੇ ਦੇਗਾਂ ਧਰਤੀਆਂ ਤਿਆਰੀ ਸ਼ੁਰੂ ਕਰਤੀ ਜੀ ਇਨਸ਼ਾਅੱਲਾ ਰੋਟੀ ਦਾ ਇਹਤਮਾਮ ਆਹ ਸਾਡਾ ਇੱਕ ਨੰਬਰਦਾਰ ਬੈਠਾ ਇਹਦਾ ਕੰਮ ਸਿਰਫ ਇਹਨੇ ਜਾਣਾ ਨਾ ਰੋਟੀ ਦੀ ਰਾਖੀ ਕਰਨੀ ਹੈ ਇੱਕ ਰੋਟੀ ਕੋਲ ਲੈ ਕੇ ਨਾ ਜਾਏ ਤਾਂ ਨਾ ਕੋਈ ਖਾ ਕੇ ਜਾਏ ਐਸੇ ਸਾਰੀ ਬਚਾਉਣੀ ਹੈ ਕਿਉਂ ਜੀ ਇੱਕ ਅਸੀਂ ਜਿਹੜੀ ਦੇਗ ਪਕਾਉਣੀ ਹੈ ਸਪੈਸ਼ਲ ਪਾਣੀ ਵਾਲੀ ਆ ਦੇਖੋ ਨਾਲ ਪੈਪ ਨਾਲ ਪਾਣੀ ਲਾਤਾ ਹੈ ਕਿ ਤਾਂ ਕਿ ਸ਼ੋਰਾ ਨਾ ਘਟੇ ਕਿਸੇ ਗੱਲ 'ਚ ਇੱਕ ਦੇਗ ਮਸਾਲੇ ਦੀ ਅਤੇ ਇੱਕ ਪਾਣੀ ਦੀ ਕਿਉਂ ਜੀ ਹਾਂਜੀ ਜੀ ਅਤੇ ਤਿਆਰੀ ਫਾਈਨਲ ਮਰਹਲੇ ਦੇ ਵਿੱਚ ਦਾਖਲ ਹੋ ਗਈ ਹੈ ਤਕਰੀਬਨ ਅਤੇ ਬਸ ਪਾਣੀ ਦਾ ਛਿੜਕਾਓ ਕਰਕੇ ਤਾਂ ਕਿ ਧੂੜ ਮਿੱਟੀ ਨਾ ਉੱਡ ਸਕੇ ਫਿਰ ਇਹਦੇ 'ਤੇ ਵਾਲ ਚੌਕਿੰਗ ਕਰਾਂਗੇ ਅਤੇ ਤੁਹਾਨੂੰ ਵਿਖਾਉਂਦੇ ਹਾਂ ਅੱਗੇ ਹੁਣ ਮਾਸ਼ਾਅੱਲਾ ਸਾਡਾ ਹਾਲ ਤਿਆਰ ਕੰਪਲੀਟ ਹੋ ਚੁੱਕਿਆ ਅਤੇ ਉਹਦਾ ਤੁਹਾਨੂੰ ਇੱਕ ਵਿਜ਼ਿਟ ਕਰਾਉਂਦੇ ਹਾਂ ਫਿਰ ਇਨਸ਼ਾਅੱਲਾ ਅੱਗੇ ਤੁਹਾਨੂੰ ਬਰਾਤ ਦਾ ਇਸਤਕਬਾਲ ਅਤੇ ਸਾਰਾ ਕੁਛ ਐਂਡ ਤੱਕ ਇਨਸ਼ਾਅੱਲਾ ਤੁਹਾਡੇ ਨਾਲ ਜੁੜ ਕੇ ਰਹਿਣਾ ਔਰ ਉਮੀਦ ਕਰਦਾ ਕਿ ਤੁਹਾਨੂੰ ਇਹ ਸਾਡਾ ਕਲਚਰ ਹੀ ਹੈ ਇਹ ਸਾਡਾ ਤਰੀਕੇਕਾਰ ਪਸੰਦ ਆਏਗਾ ਅਤੇ ਦੁਆਵਾਂ 'ਚ ਯਾਦ ਰੱਖਣਾ ਅਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਸ਼ੇਅਰ ਕਰਨਾ ਔਰ ਕੋਸ਼ਿਸ਼ ਕਰਨਾ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਇੰਜੋਏ ਜ਼ਰੂਰ ਕਰੋ ਲਓ ਜੀ ਮਾਸ਼ਾਅੱਲਾ ਸਾਰੀ ਤਿਆਰੀ ਮੁਕੰਮਲ ਹੋ ਗਈ ਸਟੇਜ 'ਤੇ ਸੋਫਾ ਲੱਗ ਗਿਆ ਪੱਖੇ ਲੱਗ ਗਿਆ ਫਾਈਨ ਅਲਹਮਦੁਲਿਲਾ ਸਭ ਬੜੀ ਬਿਹਤਰੀਨ ਤਰਤੀਬ ਦੇ ਨਾਲ ਬਰਾਤ ਦਾ ਇਸਤਕਬਾਲ ਕਰਨਾ ਹੈ ਹਾਂ ਠੀਕ ਹੈ ਦਿਓ ਅਤੇ ਬਰਾਤ ਆਏਗੀ ਇਨਸ਼ਾਅੱਲਾ ਤੁਹਾਨੂੰ ਉਹ ਵੀ ਵਿਖਾਉਣਾ ਅਤੇ ਨਾਲ ਇੰਜੋਏ ਕਰਨਾ ਇਹਨੂੰ ਅਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਅੱਗੇ ਲੈ ਜਾਓ ਅੱਗੇ ਲੰਘ ਜਾ ਕੇ ਦੇਖ ਲੈਣਗੇ ਤਿੰਨ ਵਜੇ
ਤੇਲ ਸਸਤਾ ਹੋਣ ਦੀ ਖੁਸ਼ੀ ਚ ਹਾਂਜੀ ਤਕਰੀਬ ਮੁਕੰਮਲ ਹੋਈ ਅਤੇ ਹੁਣ ਸਾਡੇ ਮਾਸ਼ਾਅੱਲਾ ਇਹਨਾਂ ਰਾਤ ਟੈਂਟ ਲਾਇਆ ਸੀ ਬੜੀ ਬਿਹਤਰੀਨ ਬਿਹਤਰੀਨ ਔਰ ਹੁਣ ਖਾਣੇ ਦਾ ਇੰਤਜ਼ਾਮ ਇਨਸ਼ਾਅੱਲਾ ਖਾਣਾ ਸ਼ੁਰੂ ਹੋਏਗਾ ਅਤੇ ਆਹਿਸਤਾ ਆਹਿਸਤਾ ਜਿਵੇਂ ਮਰਾਹਲ ਸਾਰੇ ਗੁਜ਼ਰਦੇ ਪਏ ਨੇ ਅਤੇ ਇਨਸ਼ਾਅੱਲਾ ਤੁਹਾਨੂੰ ਵਿਖਾਵਾਂਗੇ ਹਾਂਜੀ ਇਹ ਆਸਾ ਭਾਈ ਨੇ ਜੀ ਸਾਡੇ ਬੜੇ ਅੱਛੇ ਮੈਨੇਜ ਕਰਨ ਵਾਲੇ ਪਿੰਡਾਂ ਦਾ ਬੜਾ ਪੁਰਾਣਾ ਅਤੇ ਬੜਾ ਮਸ਼ਹੂਰ ਕਲਚਰ ਅਤੇ ਸਾਡੇ ਡਾਕਟਰ ਸਾਹਿਬ ਜਿਨ੍ਹਾਂ ਦੀ ਡਿਊਟੀ ਹੁੰਦੀ ਹੈ ਕਿ ਤੁਸੀਂ ਵਿਆਹ 'ਤੇ ਨਹੀਂ ਆਉਂਦੇ ਲਈ ਖਾਣੇ ਨੇ ਬਸ ਦੂਸਰਾ ਕੰਮ ਨਹੀਂ ਕਰਨਾ ਅਤੇ ਇਹ ਨਾਲ ਇਹਨਾਂ ਦੇ ਮੁੰਸ਼ੀ ਨੇ ਦਿਲ ਕਰੇ 50,000 ਨਹੀਂ ਆਉਂਦਾ ਹੋਵੇ ਤਾਂ ਵਿੱਚੋਂ 45,000 ਨਿਕਲੇ 5,000 ਕਹਿੰਦੇ ਨੇ ਜੀ ਉਹ ਪੂਰਾ ਹੋ ਗਿਆ ਕੋਈ ਗੱਲ ਨਹੀਂ ਖੈਰ ਅਤੇ ਪੰਜਾਬੀ ਕਲਚਰ ਕਿਆ ਹੀ ਕਹਿਣ ਮੰਮੀ ਡੈਡੀ ਕਲਚਰ ਦਾ ਕੀ ਹੈ ਕੁਛ ਵੀ ਐ ਨੇ ਕੰਮ ਦੇ ਸੀ ਸਿੱਧਾ ਕੰਮ ਦੇ ਸੀ ਇਹ ਡਾਇਰੈਕਟ ਦੇਗਾ ਜੋ ਅੱਖਾਂ ਦੇ ਸਾਹਮਣੇ ਤਿਆਰ ਹੋਣ ਦੇ ਲਓ ਜੀ ਆਹ ਸਾਡੀ ਹੁਣ ਆਈ ਹੈ ਵਾਰੀ ਰੋਟੀ ਖਾਣ ਦੀ ਸਾਰਿਆਂ ਨੂੰ ਖਵਾ ਕੇ ਆਹ ਸਾਡਾ ਚਾਚਾ ਸਾਹੀਵਾਲ ਨੂੰ ਆਇਆ ਸਪੈਸ਼ਲ ਆਪਣਾ ਮੂਗਲ ਯਕੀਨ ਮੈਨੂੰ ਸਾਹੀਵਾਲ ਦੇ ਵਿੱਚ ਇਹਦਾ ਚਰਚਾ ਹੈ ਲੋਕ ਲੱਭਣ ਲੈਣ ਡਾਂਗਾ ਲੈ ਕੇ ਡਾਕਟਰਾਂ ਵੀ ਲੱਭਣ ਡਿਆ ਅਤੇ ਆਪਾਂ ਉਹਨੂੰ ਲੰਗਰ ਕਰਾਂਗੇ ਅਤੇ ਫਿਰ ਵੇਖਦੇ ਹਾਂ ਟੈਂਟ ਪੱਟਣੇ ਵੀ ਨੇ ਉਹ ਵੀ ਆਪ ਹੀ ਪੁੱਟਣੇ ਨੇ ਕਿਸੇ ਨੂੰ ਬਾਹਰੋਂ ਆ ਕੇ ਹਾਂ ਬਿਲਕੁਲ ਬਿਲਕੁਲ ਜੀ ਇਹ ਹੁਣ ਸਾਰਾ ਕੰਮ ਮੁੱਕ ਗਿਆ ਅਤੇ ਹੁਣ ਇਹਨਾਂ ਨੇ ਆਪਣੀ ਸਫਾਈ ਸੁਥਰਾਈ ਕਰਕੇ ਸਾਰਾ ਟੈਂਟ ਲਾਣਗੇ ਅਤੇ ਇਹ ਦੇਖ ਇਹ ਦੇਖੋ ਜੀ ਇਹਨਾਂ ਦੀਆਂ ਮਿਹਨਤਾਂ ਨੂੰ ਸਲਾਮ ਇਹਨਾਂ ਸਫਾਈ ਕਰਕੇ ਟੈਂਟ ਥੱਲੇ ਸੁੱਟਣਾ ਤਾਂ ਕਿ ਟੈਂਟ ਗੰਦਾ ਨਾ ਹੋਏ ਅਤੇ ਹੁਣ ਬਸ ਸਾਰਾ ਕੰਮ ਕਲੋਜ਼ਿੰਗ ਐਂਡ 'ਤੇ ਤੁਹਾਨੂੰ ਇਹ ਸਾਡਾ ਜਿੰਨਾ ਵੀ ਪ੍ਰੋਗਰਾਮ ਸੀ ਤੁਹਾਨੂੰ ਪਸੰਦ ਆਇਆ ਹੋਏਗਾ ਇਨਸ਼ਾਅੱਲਾ ਹਾਂ ਬਫਜ਼ਲੇ ਖੁਦਾ ਅਤੇ ਇਹ ਸਾਡੀ ਕੈਟਰਿੰਗ ਵਾਲੇ ਜਨਾਬ ਮੁਹੰਮਦ ਆਸਫ ਭਾਈ ਅਤੇ ਇਹਨਾਂ ਦਾ ਇੱਕ ਤਹਿਸੀਲ ਜ਼ਿਲ੍ਹਾ ਖਾਨੇਵਾਲ ਦੇ ਵਿੱਚ ਕੈਟਰਿੰਗ ਦਾ ਨਾਂ ਹੈ ਜ਼ਰਾ ਦੱਸੋ ਆਪਣਾ ਤਾਰੁਫ ਮਜ਼ੀਦ
ਬੋਲਣਾ ਨਹੀਂ ਆਉਂਦਾ। ਮੌਲਾ ਸਲਾਮਤ ਰੱਖੇ ਇਨਸ਼ਾਅੱਲਾ। ਅਤੇ ਇਸੇ ਤਰ੍ਹਾਂ ਤੁਹਾਨੂੰ ਮਜ਼ੇਦਾਰ ਸਿਲਸਿਲੇ ਵਿਖਾਉਂਦੇ ਰਹਿਣਾ। ਅਤੇ ਆਪਣੇ ਵੀਰ ਇਕਬਾਲ ਨੂੰ ਦਿਓ ਇਜਾਜ਼ਤ। ਸੀ ਐਮ ਆਨੇਲਾ ਖਾਸ ਵੀਡੀਓ ਮੇਰੀ ਚੜ੍ਹਦੇ ਪੰਜਾਬ ਵਾਸਤੇ, ਚੜ੍ਹਦੇ ਪੰਜਾਬ ਵਾਲਿਆਂ ਵਾਸਤੇ ਇਨਸ਼ਾਅੱਲਾ। ਅਤੇ ਇਹ ਬਸ ਹੁਣ ਕਲੋਜ਼ਿੰਗ ਦਾ ਮਰਹਲਾ ਸ਼ੁਰੂ ਹੈ। ਅੱਲਾ ਹਾਫਿਜ਼। ਚਲੋ 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 ਚਲੋ, ਸ਼ਾਬਾਸ਼। ਇੰਨੀ ਰੋਟੀ ਖਾਧੀ ਹੁਣ ਤੁਹਾਡੇ ਕੋਲ ਚਕਿੰਦਾ ਨੇ, ਸ਼ਾਬਾਸ਼। ਤੁਸੀਂ ਜਵਾਨ ਹੋ ਨਾ? ਹਾਂਜੀ, ਇਹ ਵੇਖੀ। ਚੱਲ ਚੱਲ ਚੱਲ, ਸ਼ਾਬਾਸ਼।